किसान वीरो, पशु का पेशाब पीना एक दूजे का, कपड़े खाना, मिट्टी चटना, इन्हां समस्या का हल है न्यूट्री डाइट। जां पशु का हीट के विच ना आना, जां गावां झोटियां बैड़ा जिहड़ियां जिन्हां की उम्र 3 तों 4 साल हो गई उन्हां जे गर्भधारण नहीं किया, जां गावां अज सूई नूं 5-6 महीने हो गए उन्हें गर्भधारण नहीं किया, उस समस्या का हल है न्यूट्री डाइट। न्यूट्री डाइट दुध वधाउंदा, पशु की सेहत बनाउंदा, पशु नूं गर्भधारण कराउंदा। 5 किलो 25 किलो की पैकिंग है, पशुआं दी दवाइयां दुकान तो तकरीबन मिल जाता, एमाजॉन फ्लिपकार्ट से भी बुकिंग कर सकते हो न्यूट्री डाइट। हाँ जी दोस्तों, सारे वीरां नूं प्यार भरी सति श्री अकाल। मैं थोड़ा अपना सुखी शेरगिल, पिंड हरिगढ़, जिला बरनाला। सो दोस्तों, अज असीं बैठे हाँ साडे खेत जिथे मेरे नाल बाई प्रेम होरी भी आए हुए हैं। तो उदों दसा मैं थोड़ू गल, मेरे नाल बाई अपने राउंड ग्लास फाउंडेशन तो डॉक्टर रजनीश वर्मा जी, राउंड ग्लास फाउंडेशन तो डॉक्टर रजनीश वर्मा जी और सुखजीत सिंह वीरोके, तो वीरोके बाई दे नाल हैगा आकाश जो कि साडा भरा हुण चलिया गया, तो बाई संदीप तौला और ईसर बाई अपना हरिगढ़ तो, मैं तुहाडा नवाणा प्रेमजीत तौले तो, ते अपना भरा सुखी शेरगिल। तो इत्थे ना आपां इह बाई सुखी शेरगिल दे खेत अज इकट्ठे होए हां। तो इत्थे बाई दे खेत दे विच आपां इक इन फ्यूचर एक प्लैनिंग दे तहत कुछ नवा करन जा रहे हैंगे, तो जो कि तुहानू सारयां नू भी पसंद आऊगा और सानू तां आउणा ही आउणा गा, तो उहदे बाबत इत्थे अज असीं इकट्ठे होए हैंगे। ਤੇ ਜਿਹੜੇ ਰਾਉਂਡ ਗਲਾਸ ਫਾਊਂਡੇਸ਼ਨ ਤੋਂ ਨੇ ਆਪਣੇ ਆਏ ਹੋਏ, ਇਹ ਆਪਾਂ ਨੂੰ ਕਰ ਰਹੇ ਨੇ ਗਾਈਡ, ਇਹ ਗਾਈਡਨੈਸ ਗਾਈਡ ਤੇ ਸਪੋਰਟ। ਔਰ ਇਹਨਾਂ ਦਾ ਹੋਰ ਇੱਕ ਦੱਸ ਦਈਏ, ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਫ੍ਰੀ ਕੋਸਟਲੀ ਪਲਾਂਟੇਸ਼ਨ ਕਰਦੇ ਨੇ, ਜਿਹਦੇ ਵਿੱਚ ਇਹ ਨਾਨਕ ਬਗੀਚੀ ਲਾਉਂਦੇ ਨੇਗੇ। ਨਾਨਕ ਬਗੀਚੀ ਜਿਹੜੀ ਘੱਟੋ ਘੱਟ ਇੱਕ ਕਨਾਲ ਦੇ ਵਿੱਚ ਲੱਗਦੀ ਹੈਗੀ, ਅਤੇ ਉਹਦੇ ਵਿੱਚ ਕੀ ਆਪਣੇ ਸਾਰੇ ਜਿਹੜੇ ਵਿਰਾਸਤੀ ਦਰਖਤ ਨੇ ਉਹ ਲੱਗਦੇ ਨੇ। ਵਿਰਾਸਤੀ ਦਰਖਤ ਚਾਹੇ ਉਹ ਫੁੱਲਾਂ ਵਾਲੇ, ਚਾਹੇ ਫਲਾਂ ਵਾਲੇ, ਕੰਡਾਂ ਵਾਲੇ, ਜੋ ਵੀ ਉਹ ਲਾਉਂਦੇ ਨੇਗੇ। ਅਤੇ ਉਹਦੇ ਲਈ ਇਹਨਾਂ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇਗੀਆਂ, ਉਹ ਤਾਂ ਅਸੀਂ ਫੋਨ ਕਰ ਅਤੇ ਸਾਥੋਂ ਪੁੱਛ ਸਕਦੇ ਹੋਗੇ, ਅਤੇ ਵੀ ਉਹਦੇ ਲਈ ਜਿਹੜੇ ਬੂਟਿਆਂ ਦੇ ਲਈ ਇਹਨਾਂ ਦੀਆਂ ਕੀ ਸ਼ਰਤਾਂ ਨੇ, ਅਤੇ ਬਾਕੀ ਗੱਲਬਾਤ ਹੋ ਰਹੀ ਹੈ। ਅਤੇ ਸੋ ਦੋਸਤੋ, ਬਾਈ ਹੋਰੀ ਗੱਲਬਾਤ ਕਰੀ ਜਾਂਦੇ ਆ, ਅਤੇ ਨਾਲ ਹੀ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਆਪਣੇ ਉਰੇ ਇਹ ਖੇਤ ਆ 2 ਏਕੜ ਦੇ ਕਰੀਬ ਹੈਗਾ, ਅਤੇ ਇਹਦੇ ਵਿੱਚ ਆਪਾਂ ਜਿਵੇਂ ਕਹਿ ਦਈਏ ਵੀ ਇੱਕ ਅਜਿਹੀ ਇਹਨੂੰ ਦਿੱਖ ਦੇਣ ਜਾ ਰਹੇ ਹਾਂ ਵੀ ਇਹਨੂੰ ਇੱਕ ਵੱਖਰੀ ਕਿਸਮ ਦਾ ਮਾਡਲ ਆ ਜਿਹੜਾ ਉਹ ਬਣਾ ਕੇ ਪੇਸ਼ ਕੀਤਾ ਜਾਵੇ, ਅਤੇ ਉਹ ਬਣਾਉਣਾ ਸੀਗਾ ਮੇਰੀ ਉਹ ਸਮਝ ਨਹੀਂ ਜਾ ਰਿਹਾ ਵੀ ਆਪਾਂ ਉਹ ਕਿਵੇਂ ਕਰੀਏ। ਅਤੇ ਵੈਸੇ ਤਾਂ ਬਾਈ ਹੋਰੀ ਆਪਸ 'ਚ ਗੱਲਾਂ ਬਾਤਾਂ ਕਰੀ ਜਾਂਦੇ ਨੇਗੇ, ਅਤੇ ਬਾਈ ਹੋਰੀ ਗੱਲਾਂ ਕਰੀ ਜਾਂਦੇ ਆ ਪੰਛੀਆਂ 'ਤੇ। ਅਤੇ ਬਾਈ ਸੁਖਜੀਤ ਤੋਂ ਗੱਲਬਾਤ ਕਰ ਰਹੇ, ਸੁਖਜੀਤ ਬਾਈ ਤੁਸੀਂ ਇੱਧਰ ਨੂੰ ਆ ਜਾਓਗੇ, ਮੈਨੂੰ ਦੇ ਦੋਗੇ 2 ਮਿੰਟ ਸਮਾਂ, ਅਤੇ ਕਿਉਂ ਡਾਕਟਰ ਵਰਮਾ ਜੀ ਉੱਧਰ ਬਿਜ਼ੀ ਨੇਗੇ, ਇਹ ਆਪਣੇ ਬਾਈ ਸੁਖਜੀਤ ਸਿੰਘ ਵੀਰੋਕੇ ਨੇ ਜਿਹਨੂੰ ਆਪਾਂ ਕਹਿ ਦਈਏ ਵੀ ਪਹਿਲਾਂ ਆਪਾਂ ਇਹਨੂੰ ਜਾਣਨ ਲੱਗੇ, ਫਿਰ ਬਾਈ ਅੱਜ ਆਪਣੀ ਫਾਊਂਡੇਸ਼ਨ ਦੀ ਸੀਨੀਅਰ ਲੀਡਰਸ਼ਿਪ ਨੂੰ ਲੈ ਕੇ ਆਇਆ ਹੈ ਨਾ। ਬਾਈ ਕੀ ਪਲੈਨ ਹੈ ਇਸ ਤੋਂ ਬਾਅਦ ਵੀ ਮੇਰੇ ਖੇਤ ਨੂੰ ਤੁਸੀਂ ਕਿਹੋ ਜਿਹੀ ਦਿੱਖ ਦੇਣ ਬਾਰੇ ਮਨ 'ਚ ਵਿਚਾਰ ਆਇਆ? ਬਾਈ ਜੀ ਵਿਚਾਰ ਤਾਂ ਮੇਨਲੀ ਡਾਕਟਰ ਸਾਹਿਬ ਨੇ ਆਪਾਂ ਪਹਿਲਾਂ ਕਰਕੇ ਹਟਿਆ ਡਿਸਕਸ਼ਨ, ਅਤੇ ਈਕੋ ਟੂਰਿਜ਼ਮ ਲਈ ਜਿਹੜਾ ਹੈਗਾ ਮਤਲਬ ਕਿ ਸੋਚ ਰਹੇ ਹਾਂ, ਜਿਵੇਂ ਅਸੀਂ ਪਹਿਲਾਂ ਵੀ ਕੋਲਛੇੜੀ ਜਾਂ ਤਖ਼ਤ ਹਜ਼ਾਰਾਂ ਫਾਰਮ ਦੇ ਉੱਤੇ ਵੀ ਚਲੋ ਉਹ ਕੁਛ ਉਹਨਾਂ ਨੇ ਆਪ ਬਣਾਇਆ ਸੀ ਡਾਕਟਰ ਸਾਹਿਬ ਨੇ, ਉੱਥੇ ਪਲਾਂਟੇਸ਼ਨ ਆਪਾਂ ਕੀਤੀ ਆ, ਇੱਥੇ ਇਹਨੂੰ ਇੱਕ ਜੰਗਲੀ ਲੁੱਕ ਦੇ ਕੇ ਈਕੋ ਟੂਰਿਜ਼ਮ, ਜਿਵੇਂ ਕੋਈ ਫੈਮਲੀਆਂ ਇੱਥੇ ਆ ਕੇ ਰਹਿਣ, ਕੋਈ ਕਿਸੇ ਨੇ ਆਪਣੀ ਪਾਰਟੀ ਕਰਨੀ ਆ ਉਹ ਇੱਥੇ ਆ ਕੇ ਰਹੇ, ਜਾਂ ਕੋਈ ਵੀ ਮਤਲਬ ਸ਼ਹਿਰੀ ਮਾਹੌਲ ਤੋਂ ਅੱਕ ਜਾਂਦਾ ਬੰਦਾ, ਬਿਲਕੁਲ ਵੀ ਆ ਕੇ ਜਿਹਨੇ ਵੀ ਖੇਤ ਦਾ ਮਾਹੌਲ ਫਾਰਮ ਸਟੇ ਵਾਲਾ ਕਹਿ ਦਈਏ, ਵੀ ਖੇਤ ਦੇ ਵਿੱਚ ਰਹਿ ਕੇ ਫਾਰਮ ਸਟੇ ਕਹਿ ਲਓ, ਈਕੋ ਟੂਰਿਜ਼ਮ ਕਹਿ ਲਓ, ਹਾਂਜੀ ਠੀਕ ਹੈ। ਜਿਵੇਂ ਆਪਾਂ ਦੇਖ ਸਕਦੇ ਹਾਂ ਆਪਣਾ ਕਮਲਜੀਤ ਹੇਰ ਜੀ ਨੇ ਵੀ ਬਣਾਇਆ ਹੋਇਆ, ਬਿਲਕੁਲ ਕਾਫੀ ਵੱਡੇ ਲੈਵਲ ਦਾ, ਪਰ ਆਪਾਂ ਇੱਕ ਛੋਟਾ ਸਟੈਪ ਲੈ ਕੇ ਜਿਹੜਾ 2 ਏਕੜ ਤੋਂ ਤੁਹਾਡੇ ਸਹਿਯੋਗ ਨਾਲ ਚੱਲਾਂਗੇ ਵੀ ਇੱਕ ਮਾਡਲ, ਖਾਸ ਕਰਕੇ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਇਹਦਾ ਇਹ ਹੈ ਕਿ ਇਹ ਹਾਈਵੇ ਦੇ ਨੇੜੇ ਹੈ ਜੀ। ਬਿਲਕੁਲ ਬਾਈ, ਤੁਸੀਂ ਦੇਖ ਸਕਦੇ ਹੋ ਦੋਸਤੋ, ਇੱਥੋਂ ਜਮਾਂ ਮੇਨ ਰੋਡ ਆਪਣੇ ਖੇਤ ਤੋਂ 200 ਮੀਟਰ 'ਤੇ ਹੈਗਾ, ਅਤੇ ਇੱਥੇ ਜਾ ਕੇ ਇਹੀ ਕਾਰਨ ਹੈ ਵੀ ਇਹ ਥੋੜ੍ਹਾ ਜਿਹਾ ਖਿੱਚ ਦਾ ਕੇਂਦਰ ਬਣੂਗਾ। ਅਤੇ ਛੋਟੇ 'ਤੇ ਬਣਾਉਣ ਦਾ ਆਪਣਾ ਕਾਰਨ ਇਹ ਹੈਗਾ ਵੀ ਜਿਹੜੇ ਆਪਣੇ ਛੋਟੇ ਫਾਰਮਰ ਨੇਗੇ ਵੀ ਉਹਨਾਂ ਲਈ ਕੁਛ ਕੀਤਾ ਜਾ ਸਕੇ, ਜੇ ਆਪਾਂ ਨੂੰ ਉਰੋਂ ਲੱਗਿਆ ਵੀ ਇਹ ਚੀਜ਼ ਕਰਕੇ ਵੀ ਆਪਾਂ ਨੂੰ ਵਧੀਆ ਇਨਕਮ ਸੋਰਸ ਪੈਦਾ ਹੋ ਰਿਹਾ, ਤਾਂ ਸੁਰਜੀਤ ਬਾਈ ਅੱਗੇ ਵੀ ਜਿਹੜੇ ਆਪਣੇ ਹੋਰ ਕਿਸਾਨ ਨੇ ਹੈ ਨਾ ਉਹਨਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੂਗਾ ਬਾਈ। ਹਾਂਜੀ, ਆਪਾਂ ਤਾਂ ਸ਼ੁਰੂਆਤ ਤੋਂ ਹੀ ਇਹ ਪਿਛਲੇ 3 ਸਾਲਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਕਿਸਾਨ ਵੀਰਾਂ ਨੂੰ, ਕੋਈ ਈਕੋ ਟੂਰਿਜ਼ਮ ਲਈ ਮਤਲਬ ਕਿ ਪੌਦੇ ਲਾਉਣਾ ਚਾਹੁੰਦਾ, ਉਹ ਮਾਹੌਲ ਬਣਾਉਣਾ ਚਾਹੁੰਦਾ, ਆਪਾਂ ਪੌਦਿਆਂ ਦੀ ਚੀਜ਼ ਡਿਜ਼ਾਇਨ ਕਰਕੇ ਦੇ ਦਿੰਦੇ ਹਾਂ, ਅਤੇ ਜਿਵੇਂ ਵੀ ਕੋਈ ਕਿਸੇ ਵੀ ਪੱਖ ਨਾਲ ਚਾਹੁੰਦਾ, ਕਿਉਂਕਿ ਆਪਣਾ ਮਕਸਦ ਮੇਨ ਹੈਗਾ ਜਿਹੜਾ ਰੁੱਖਾਂ ਦਾ,
ਪੁਰਾਤਨ ਨੇਟਿਵ ਰੁੱਖਾਂ ਦਾ ਅਤੇ ਈਕੋ ਟੂਰਿਜ਼ਮ ਵੀ ਲਾ ਲਓ ਆਪਣਾ ਬੈਕ ਟੂ ਬੇਸਿਕ ਆਪਾਂ ਕਹਿ ਸਕਦੇ ਹਾਂ ਵੀ ਪੁਰਾਣੇ ਪੰਜਾਬ ਵਾਲਾ ਉਹ ਚੀਜ਼ ਦੇਖ ਦੇਣੀ ਆ। ਕਿਸਾਨਾਂ ਨੂੰ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣੇ ਨਾਲ ਜੁੜਨਾ, ਜਿੰਨੀ ਕੁ ਜਿਹੜੀ ਉਹ ਚੀਜ਼ ਕਰਨਾ ਚਾਹੁੰਦੇ ਨੇ ਆਪਣੇ ਖੇਤਾਂ ਦੇ ਵਿੱਚ, ਨੇਟਿਵ ਟਰੀ ਜਿੱਦਾਂ ਦੇ ਵੀ ਲਾਉਣਾ ਚਾਹੁੰਦੇ ਆ, ਚਾਹੇ ਉਹ ਇੱਕ ਡੈਂਸ ਫੋਰੈਸਟ ਹੈ ਜਿਹਨੂੰ ਆਪਾਂ ਨਾਨਕ ਜੰਗਲ ਕਹਿੰਦੇ ਹਾਂ, ਚਾਹੇ ਉਹ ਆਪਣੀਆਂ ਖੇਤਾਂ ਦੀਆਂ ਵੱਟਾਂ ਦੇ ਆਲੇ ਦੁਆਲੇ ਆਪਦੀ ਬਾਉਂਡਰੀ 'ਤੇ ਬਫਰ ਜ਼ੋਨ 'ਚ ਲਾਉਣਾ ਚਾਹੁੰਦੇ ਆ, ਉਹ ਹਰੇਕ ਚੀਜ਼ ਉੱਥੇ ਲੱਗ ਜੂ, ਕਿਉਂਕਿ ਪੰਛੀ ਵੀ ਫੇਰ ਆਉਣਗੇ ਜੇ ਉਹਨਾਂ ਦੀ ਪਸੰਦ ਦੀ ਚੀਜ਼ ਉੱਥੇ ਮਾਹੌਲ ਹੋਊਗਾ। ਹਾਂ, ਹਰ ਇੱਕ ਪੰਛੀ ਦੀ ਆਪਣੀ ਮਤਲਬ ਕਿ ਇੱਕ ਸੋਚ ਕਹਿ ਲਓ ਵੀ ਹਰ ਇੱਕ ਦੀ ਇੱਕ ਪਸੰਦ ਆ, ਵੱਖਰੀ ਪਸੰਦ, ਉਹ ਵੱਖਰੇ ਰੁੱਖਾਂ 'ਤੇ ਰਹਿਣਾ ਪਸੰਦ ਕਰਦੇ ਨੇ ਅਤੇ ਰੁੱਖ ਹੋਣਗੇ ਤਾਂ ਪੰਛੀਆਂ ਨੇ ਵੀ ਆਉਣਾ ਅਤੇ ਆਪਣਾ ਮਾਹੌਲ ਵਧੀਆ ਬਣਨਾ, ਕਿਉਂਕਿ ਅੱਜ ਕੱਲ੍ਹ ਪ੍ਰਦੂਸ਼ਣ ਤੁਸੀਂ ਦੇਖ ਸਕਦੇ ਹੋ, ਬਹੁਤੇ ਲੋਕ ਇਹੋ ਜਿਹੇ ਨੇ ਸ਼ਹਿਰੀ ਮਾਹੌਲਾਂ ਤੋਂ ਅੱਕੇ ਪਏ ਨੇ ਅਤੇ ਉਹ ਬਹੁਤ ਦੂਰ ਹੁੰਦੇ ਨੇ। ਹੁਸ਼ਿਆਰਪੁਰ ਸਾਈਡ ਇੱਕ ਇੱਦਾਂ ਦਾ ਈਕੋ ਟੂਰਿਜ਼ਮ ਵਾਲਾ ਪੈਲੇਸ ਹੈ, ਉਹ ਮਤਲਬ ਕਿਸੇ ਜ਼ਿਮੀਂਦਾਰ ਦਾ ਹੀ ਆ, ਉਹ ਕਾਫੀ ਵੱਡੇ ਲੈਵਲ 'ਤੇ, ਉੱਥੇ ਫੋਰਨ ਕੰਟਰੀ 'ਚੋਂ ਲੋਕ ਵੀ ਛੁੱਟੀਆਂ ਕੱਟਣ ਉੱਥੇ ਆਉਂਦੇ ਆ, ਮਹੀਨਾ ਮਹੀਨਾ ਰਹਿ ਕੇ ਜਾਂਦੇ ਆ, ਅਤੇ ਉਹੀ ਚੀਜ਼ ਸੋਚ ਕੇ ਆਪਾਂ ਚੱਲੇ ਹਾਂ ਕਿ ਕਿਉਂ ਨਾ ਉਹ ਆਪਣੇ ਪੰਜਾਬ ਦੇ ਵਿੱਚ, ਖਾਸ ਕਰਕੇ ਆਪਣੇ ਮਾਲਵੇ ਏਰੀਏ ਦੇ ਵਿੱਚ ਹੋਣ, ਅਤੇ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਪਿੰਡ ਹਰੀਗੜ੍ਹ ਤੋਂ, ਤੁਹਾਡੇ ਤੋਂ, ਅਤੇ ਬਾਕੀ ਦੇਖਦੇ ਹਾਂ ਆਉਣ ਵਾਲਾ ਸਮਾਂ ਆਪਾਂ ਨਾਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਬਾਈ, ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ, ਅਤੇ ਡਾਕਟਰ ਸਾਹਿਬ ਮੇਰੇ ਵੱਲੋਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ, ਅਤੇ ਬਾਈ ਸੁਖਜੀਤ ਨਾਲ ਤਾਂ ਗੱਲਬਾਤ ਹੋ ਗਈ ਜੀ, ਅਤੇ ਹੁਣ ਇੱਕ ਵਾਰੀ ਤੁਸੀਂ ਵੀ ਆਪਦੇ ਵਿਚਾਰ ਰੱਖ ਦਿਓ ਜੀ, ਹੈ ਨਾ, ਵੀ ਤੁਸੀਂ ਵੀ ਕਿਸ ਤਰ੍ਹਾਂ ਮੇਰੇ ਸੋਚ ਰਹੇ ਹੋ ਜੀ, ਕਿਉਂ ਮੈਨੂੰ ਕੋਈ ਗੱਲ ਸਮਝ ਨਹੀਂ ਤੀ ਆਉਂਦੀ, ਇਸ ਲਈ ਮੈਂ ਤੁਹਾਡੀ ਫਾਊਂਡੇਸ਼ਨ ਦੀ ਹੈਲਪ ਲੈਤੀ ਵੀ ਤੁਸੀਂ ਮੈਨੂੰ ਆ ਕੇ ਗਾਈਡ ਕਰੋ, ਅਤੇ ਬਾਈ ਸੰਦੀਪ ਸਿੰਘ ਧੌਲੇ ਹੋਰਾਂ ਤੋਂ ਪੁੱਛਿਆ, ਕਹਿੰਦੇ ਵੀ ਹਾਂ ਵੀ ਆਪਾਂ ਉਹਨਾਂ ਨੂੰ ਬੁਲਾਉਂਦੇ ਹਾਂ ਵੀ ਵਿਚਾਰ ਵਟਾਂਦਰਾ ਕਰਦੇ ਹਾਂ, ਅਤੇ ਹੁਣ ਤੁਸੀਂ ਵੀ ਆਪਦੇ ਵੱਲੋਂ ਦੱਸੋ ਜੀ ਵੀ ਅੱਗੇ ਕੀ ਪਲੈਨ ਆ ਜੀ। ਦੇਖੋ ਭਾਅ ਜੀ, ਇਸ ਤਰ੍ਹਾਂ ਤੁਹਾਡੀ ਜਿਹੜੀ ਜ਼ਮੀਨ ਆ ਬਿਲਕੁਲ ਹਾਈਵੇ 'ਤੇ ਆ, ਠੀਕ ਹੈ, ਇਹ ਪ੍ਰਾਈਮ ਲੋਕੇਸ਼ਨ ਆ, ਬਿਲਕੁਲ ਨਹਿਰ ਨੇੜੇ ਆ, ਇੱਥੇ ਜੇ ਆਪਾਂ ਕੋਨਸੈਪਟ ਜਿਹੜੇ ਅੱਜ ਕੱਲ੍ਹ ਲੋਕਾਂ ਦੀ ਡਿਮਾਂਡ ਹੈਗੀ ਹੈ ਬੇਸਿਕਲੀ ਵੀ ਸਾਨੂੰ ਨੈਚੁਰਲ ਖਾਣਾ, ਨੈਚੁਰਲ ਸਾਡਾ ਰਹਿਣ ਸਹਿਣ ਅਤੇ ਨੈਚੁਰਲ ਸਾਡੇ ਫਲ, ਨੈਚੁਰਲ ਸਾਡੀ ਸਬਜ਼ੀਆਂ, ਜੇ ਉਹ ਚੀਜ਼ ਆਪਾਂ ਲੋਕਾਂ ਨੂੰ ਦੇਵਾਂਗੇ ਇਹ ਬਹੁਤ ਅਟਰੈਕਟਿਵ ਸਾਈਟ ਬਣ ਸਕਦਾ। 2 ਕਿੱਲੇ ਤੁਹਾਡੇ ਕੋਲ ਹੈਗੇ, ਦੇਖੋ ਬਿਲਕੁਲ ਜੀ, ਇਹ 2 ਕਿੱਲਿਆਂ 'ਚ ਆਪਾਂ ਉਹ ਕੁਛ ਕਰ ਸਕਦੇ ਜਿਹੜੇ ਕਿ ਕਿਸੇ ਨੇ ਕੀਤਾ ਨਹੀਂ, ਇਹਦੇ ਵਿੱਚ ਅੰਦਰ ਘਰ ਬਣ ਸਕਦੇ, ਮਿੱਟੀ ਦੇ ਜਿਵੇਂ ਵੀ ਹੈਗੇ ਆ। ਹਾਂਜੀ, ਇਸ ਲਈ ਆਪਾਂ ਨੂੰ 2-3 ਸਾਈਟਾਂ ਸਾਡੇ ਡਾਕਟਰ ਸਾਹਿਬ ਹੈਗੇ ਆ ਤਖ਼ਤ ਹਜ਼ਾਰੇ ਵਾਲੇ, ਉਹਨਾਂ ਨੂੰ ਵਿਜ਼ਿਟ ਕਰ ਸਕਦੇ, ਉਹਨਾਂ ਨੂੰ ਮਿਲ ਕੇ ਆਵਾਂਗੇ ਆਪਾਂ ਜਾ ਕੇ, ਭੁੱਟੇ ਸਾਡੇ ਉਹਨਾਂ ਨੇ ਜੰਗਲ 3 ਕਿੱਲਿਆਂ 'ਚ ਬਣਾਇਆ, ਫੂਡ ਫੋਰੈਸਟ ਬਣਾਇਆ, ਠੀਕ ਹੈ, ਉਹ ਕੋਨਸੈਪਟ ਵੀ ਦੇਖ ਲਾਂਗੇ ਬਿਲਕੁਲ, ਅਤੇ ਬਾਕੀ ਹੋਰ 2-3 ਸਾਈਟਾਂ ਹੋਰ ਵਿਜ਼ਿਟ ਕਰਕੇ ਇਹਦਾ ਫਾਈਨ ਲੈ ਕੇ ਡਿਜ਼ਾਈਨ ਬਣਾਵਾਂਗੇ ਹਾਈਵੇ ਵਾਸਤੇ, ਠੀਕ ਹੈ, ਉਹ ਫਿਰ ਲੋਕਾਂ ਨੇ ਅਟਰੈਕਟਿਵ ਜ਼ੋਨ ਹੋਏਗਾ ਮਤਲਬ ਇਹ, ਤਾਂ ਉਸ ਲਈ ਫਿਰ ਦੇਖੋ ਮਿਹਨਤ ਜ਼ਰੂਰ ਕਰਨੀ ਪੈਣੀ ਆਪਾਂ ਨੂੰ, ਬਿਲਕੁਲ ਜੀ, ਪਰ ਇਹ ਬਣੂਗਾ ਵਧੀਆ, ਕਿਉਂਕਿ ਸਾਡਾ ਮੇਰਾ ਐਕਚੁਲੀ ਜਦੋਂ ਸਾਡੀ ਬਜ਼ੁਰਗ ਉਮਰ ਹੋ ਗਈ, ਅਸੀਂ ਤਾਂ ਇਹੋ ਜਿਹੇ ਮਾਹੌਲ 'ਚ ਹੀ ਰਹਿਣਾ, ਇਹੋ ਜਿਹਾ ਕੋਈ ਕ੍ਰੀਏਟ ਕਰਨਾ ਸਿਸਟਮ, ਪਰ ਵਧੀਆ ਗੱਲ ਇਹ ਵੀ ਹੁਣੇ ਆਪਾਂ ਨੂੰ ਇੱਕ ਇਹੋ ਜਿਹਾ ਤੁਹਾਡੇ ਲਈ ਮੌਕਾ ਬਣਿਆ, ਆਪਾਂ ਤੁਹਾਡੇ ਥਰੂ ਇੱਕ ਆਪਾਂ ਇਹੋ ਜਿਹਾ ਡਿਜ਼ਾਇਨ ਬਣਾਏ ਜਿਹੜਾ ਕਿ ਅਟਰੈਕਟਿਵ ਲੋਕਾਂ ਨੂੰ ਰਹਿਣੀ ਪੈਣੀ, ਲੋਕ ਇੱਥੇ ਆਉਣ, ਰੁਕ ਕੇ ਜਾਣ ਵੀ, ਸਾਨੂੰ ਜਿਹੇ ਕਮਰੇ ਥੋੜ੍ਹੇ ਬੁੱਕ ਹੀ ਰਹਿਣਗੇ, ਮਤਲਬ ਠੀਕ ਹੈ ਜੋ ਮੈਂ ਸਮਝਦਾ, ਬਿਲਕੁਲ ਜੀ, 2-3 ਕਮਰੇ ਬਣਾ ਦੀ ਆਪਾਂ ਹਮੇਸ਼ਾ ਤੁਹਾਡੇ ਟੂਰਿਸਟ ਰਹਿਣਗੇ ਇੱਥੇ, ਮਤਲਬ ਹਾਂ ਵੀ ਸਾਡਾ ਬੁੱਕ ਕਰ ਦਿਓ, ਪਰ ਉਸ ਲਈ ਆਪਾਂ ਨੂੰ ਥੋੜ੍ਹਾ ਜਿਹਾ ਮਿਹਨਤ ਕਰਕੇ ਸੋਸ਼ਲ ਮੀਡੀਆ ਥਰੂ ਵੀ ਆਪਾਂ ਨੂੰ ਥੋੜ੍ਹਾ ਉਹ ਕਰਨਾ ਪੈਣਾ, ਉਸ ਲਈ ਉਹ ਪ੍ਰਮੋਟ ਹੋ ਜੂਗਾ, ਕੋਈ ਦਿੱਕਤ ਨਹੀਂ। ਲੋਕ ਅੱਜ ਕੱਲ੍ਹ ਸਮਾਂ ਇਹ ਆ ਵੀ ਲੋਕ ਅਵੇਅਰ ਹੋ ਚੁੱਕੇ ਵੀ ਅਸੀਂ ਖਾ ਕੀ ਰਹੇ ਹਾਂ, ਖਾ ਕੀ ਰਹੇ ਹਾਂ ਬਿਲਕੁਲ, ਪਰ ਉਹਨਾਂ ਨੂੰ ਜੇ ਸੋਰਸ ਮਿਲੂਗਾ ਹਾਂ ਜੀ ਇੱਥੇ ਪਿਓਰ ਆ, ਡੈਫੀਨੇਟਲੀ ਆਉਣਗੇ ਮੈਨੂੰ ਲੱਗਦਾ, ਬਿਲਕੁਲ, ਅਸੀਂ ਇਸ 'ਤੇ ਕੰਮ ਕਰਨ ਲੱਗੇ ਹੋਏ ਕਰਨ, ਬਿਲਕੁਲ, ਤਾਂ ਬਹੁਤ ਸਾਰੇ ਡਿਜ਼ਾਇਨ ਅਸੀਂ ਹੋਰ ਕੀਤੇ ਆ ਜੰਗਲਾਂ 'ਤੇ, ਬਹੁਤ ਸਾਰੇ ਲੱਗੇ ਹੋਏ ਆ ਹੋਰ ਲਾਉਣ ਪਿੰਡਾਂ 'ਚ, ਠੀਕ ਹੈ, ਇੱਕ ਮੂਵਮੈਂਟ ਚੱਲ ਰਹੀ ਹੈ ਉਹਦੇ ਵਿੱਚ ਸਾਰੀ ਯੋਗਦਾਨ ਪਾ ਰਹੇ ਆ, ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਡੇ ਨਾਲ ਬਾਈ ਸੰਦੀਪ ਧੌਲਾ, ਬਾਈ ਤੁਹਾਡਾ ਕੀ ਹਾਲ ਚਾਲ ਆ ਪਹਿਲਾਂ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਜੀ ਹਾਲ, ਜਿੰਨੇ ਵੀ ਵੇਖਣ ਵਾਲੇ ਵੀਰ ਨੇ ਮੈਨੂੰ ਆਸ ਆ ਵੀ ਉਹ ਠੀਕ ਹੋਣਗੇ, ਬਿਲਕੁਲ, ਕਿਉਂ ਸਰ ਜਦੋਂ ਮੇਰੀ ਜ਼ਿੰਦਗੀ ਦੀ ਪਹਿਲੀ ਇੰਟਰਵਿਊ ਹੋਈ ਤੀ ਉਦੋਂ ਅਸੀਂ ਇੱਥੇ ਬੈਠੇ ਦੀ, ਹੈ ਨਾ, ਅਤੇ ਮਿੱਤਰੋ ਇੱਥੇ ਹੀ ਅਸੀਂ ਬੈਠੇ ਦੀ, ਅਤੇ ਬਾਈ ਸੰਦੀਪ ਧੌਲੇ ਦੇ ਹੱਥ 'ਚ ਕੈਮਰਾ ਸੀਗਾ, ਅਤੇ ਬਾਈ ਬਿਕਰਮ ਧਨੌਲੇ ਵਾਲਾ ਜਿਹੜਾ ਉਹਦੇ ਕੋਲ ਮੈਕ ਫੜਿਆ ਹੋਇਆ ਸੀਗਾ, ਅਤੇ ਇੱਥੋਂ ਹੀ ਕੰਮ ਚੱਲਿਆ ਸੀਗਾ ਜੀ। ਹਾਂ, ਈਸ਼ਰ ਬਾਈ ਵੀ ਸਾਡੇ ਨਾਲ ਬੈਠਾ ਸੀ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਹੋਰ ਆ, ਬਾਕੀ ਦੇਖਦੇ ਹਾਂ, ਹੈ ਨਾ, ਅੱਗੇ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਵਧੀਆ ਸੋਚ ਲੈ ਕੇ ਚੱਲੇ ਹਾਂ, ਹੈ ਨਾ, ਅੱਗੇ ਪਰਮਾਤਮਾ ਵਧੀਆ ਹੀ ਕਰੂਗਾ। ਸੋ ਠੀਕ ਆ ਜੀ ਮੇਰੇ ਵੱਲੋਂ, ਤੁਹਾਡੀ ਸਾਰੀ ਟੀਮ ਦਾ, ਰਾਊਂਡ ਗਲਾਸ ਫਾਊਂਡੇਸ਼ਨ ਦਾ, ਬਾਈ ਸੰਦੀਪ ਧੌਲਾ ਗਰੁੱਪ ਦਾ, ਅਤੇ ਸੁਖਜੀਤ ਤੁਹਾਡਾ ਹੀ, ਬਾਈ ਈਸ਼ਰ ਬਾਈ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਬਾਈ, ਮਿਹਰਬਾਨੀ। ਕਿਸਾਨ ਵੀਰੋ, ਕਿਸੇ ਵੀ ਕਾਰਨ ਪਸ਼ੂ ਦਾ ਡੋਕਾ ਪਾਉਣਾ, ਪਸਮਾਲ ਢਿੱਲਾ ਕਰਨਾ, ਵਾਰ ਵਾਰ ਦੁੱਧ ਤਾਰਨਾ, ਜਾਂ ਪਸ਼ੂ ਦਾ ਬੱਚਾ ਮਰ ਜਾਵੇ, ਜਾਂ ਪਸ਼ੂ ਆਕਸੀਟੋਸਿਨ ਦੇ ਟੀਕੇ ਬਿਨਾਂ ਜਿਹੜਾ ਦੁੱਧ ਨਹੀਂ ਦਿੰਦਾ, ਉਹਦਾ ਹੱਲ ਹੈਗਾ ਐਲਡੀਐਮ। ਐਲਡੀਐਮ 100 ml ਸਵੇਰੇ, 100 ml ਸ਼ਾਮ, ਲਗਾਤਾਰ 10 ਤੋਂ 15 ਦਿਨ, 1 ਲੀਟਰ 3 ਲੀਟਰ ਦੀ ਪੈਕਿੰਗ ਮਾਰਕੀਟ 'ਚ ਅਵੇਲੇਬਲ ਹੈ। ਹਰ ਇੱਕ ਦਵਾਈਆਂ ਵਾਲੀ ਦੁਕਾਨ ਤੋਂ, ਪਸ਼ੂਆਂ ਦੇ ਜਿੱਥੇ ਮਿਲਦੀਆਂ ਉੱਥੋਂ ਐਲਡੀਐਮ ਮਿਲ ਜਾਂਦਾ। ਤੁਸੀਂ ਐਮਾਜੋਨ, ਫਲਿੱਪਕਾਰਟ